जी दोस्तों, ज़ीशान अली टूरस मेंटोर चैनल की तरफों एक नवे टॉपिक के नाल अज का टॉपिक हैगा जी आज़रबाईजान। आज़रबाईजान के बारे में थानू कुछ मुख्तलिफ चीज़ा दसागा कि उत्थे तुसी बिजनेस किस तरह कर सकते हैं जा वर्क परमिट दे की फायदे आ। ठीक है, वीडियो शुरू करन तो पहला मेरे चैनल नू सबसक्राइब कर लो, वीडियो नू लाइक करो, शेयर करो, तो कमेंट करो फैमिली फ्रेंड के नाल भी, ਤਾਂ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਅੱਛਾ ਜੀ, ਆਜ਼ਰਬਾਈਜਾਨ, ਆਜ਼ਰਬਾਈਜਾਨ ਮੈਂ ਅੱਜ ਦਾ ਟੌਪਿਕ ਕਿਉਂ ਚੁਣਿਆ ਜਾਂ ਅੱਛਾ ਜੇ ਕੋਈ ਚੀਜ਼ ਰਹਿ ਜਾਵੇ ਨਾ ਇਸ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਦੇਣਾ, ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿ ਉਹਦਾ ਜਵਾਬ ਦੇ ਸਕਾਂ। ਅਤੇ ਚਲੋ ਜੀ, ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅਤੇ ਅੱਛਾ, ਪਹਿਲਾਂ ਤਾਂ ਮੈਂ ਇਹਦੀਆਂ ਨਾ ਦੋ ਕੈਟਾਗਰੀਆਂ ਕਰ ਲੈਂਦਾ। ਇੱਕ, ਮੈਂ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਇਲਤਜਾ ਵਾ, ਰਿਕੁਐਸਟ ਹੈਗੀ ਆ, ਇਹ ਕਿ ਡੰਕੀ ਲਾਉਣ ਨਾਲੋਂ ਬਿਹਤਰ ਆ ਕਿ ਤੁਸੀਂ ਛੋਟੇ ਕੰਟਰੀ ਦੇ ਵਿੱਚ ਚਲ ਜਾਓ, ਬਜਾਏ ਕਿ ਤੁਸੀਂ ਸੋਚੋ ਕਿ ਮੈਂ ਡੰਕੀ ਲਾ ਕੇ ਯੂਰਪ ਦੇ ਵਿੱਚ ਚਲ ਜਾਵਾਂ। ਉੱਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਈਵਨ ਦੋ ਕਿ ਸਮ ਟਾਈਮ 20 ਈਅਰ ਵੀ ਲੱਗ ਜਾਂਦੇ ਆ ਤੁਹਾਡੇ PR ਲੈਣ ਲੱਗਿਆਂ, ਅਤੇ ਉਹਦੇ ਨਾਲੋਂ 1000 ਦਰਜੇ ਬਿਹਤਰ ਆ ਡੰਕੀ ਨਾਲੋਂ। ਅੱਛਾ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਆਜ਼ਰਬਾਈਜਾਨ। ਆਜ਼ਰਬਾਈਜਾਨ ਇਹ ਵੈਸਟਰਨ ਏਸ਼ੀਆ ਦੇ ਵਿੱਚ ਇੱਕ ਕੰਟਰੀ ਆ ਜਿਹਦੀ ਆਬਾਦੀ ਅਰਾਊਂਡ 11 ਮਿਲੀਅਨ ਹੋਏਗੀ, ਅਤੇ ਉਹਨਾਂ ਦੀ ਕਰੰਸੀ ਹੈਗੀ ਆ ਮਨਾਟਾ, ਉਹਨਾਂ ਦੀ ਕਰੰਸੀ ਜਿਹਦੀ ਅਗਰ ਤੁਸੀਂ ਪਾਕਿਸਤਾਨ ਦੇ ਨਾਲ ਰੂਪੀਜ਼ ਦੇ ਨਾਲ ਉਹਨੂੰ ਅਗਰ ਕਰੋ ਕੰਪੇਅਰ ਤਾਂ। ਅੱਛਾ, ਇੱਕ ਜਿਹੜਾ ਇਹ ਮਨਟ ਹੈਗਾ ਉਹਦੀ ਪਾਕਿਸਤਾਨੀ ਵੈਲਿਊ ਹੈਗੀ ਆ 164 ਰੂਪੀਜ਼, ਅਤੇ ਇਹ ਕੰਟਰੀ ਜਿਹੜਾ ਵਾ ਮਾਦਨੀਆਂ ਦੇ ਨਾਲ, ਨੈਚੁਰਲ ਸੋਰਸ ਦੇ ਨਾਲ ਮਾਲਾਮਾਲ ਆ, ਬਹੁਤ ਰਿਚ ਆ, ਜਿਸ ਤਰ੍ਹਾਂ ਗੈਸ ਆ, ਆਇਲ ਆ, ਫਰੂਟ ਆ, ਵੈਜੀਟੇਬਲ ਆ, ਸਿਟਰਸ ਆ, ਐਂਡ ਟਬੈਕੋ, ਇਹ ਬਹੁਤ ਜ਼ਿਆਦਾ ਪ੍ਰੋਡਿਊਸ ਕਰਦਾ ਵਾ ਅਤੇ ਐਕਸਪੋਰਟ ਕਰਦਾ ਹੈ। ਇਹ ਤਿੰਨ ਚੀਜ਼ਾਂ ਇੰਪੋਰਟ ਕਰਦਾ ਵਾ, 3 ਤੋਂ 4 ਚੀਜ਼ਾਂ, ਜਿੱਦਾਂ ਫਾਰਮਾਸੂਟੀਕਲ ਟੂਲਸ ਆ ਜਾਂ ਪ੍ਰੋਡਕਟਸ ਹੈਗੀਆਂ ਉਹਦੀਆਂ, ਐਂਡ ਸ਼ੂਗਰ, ਫਿਰ ਵੀਟ, ਗੰਦਮ। ਅੱਛਾ, ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਚਾਹੁੰਦੇ ਆ ਕਿ ਸਾਡਾ ਬਿਜ਼ਨਸ ਡਿਵੈਲਪ ਹੋਵੇ ਜਾਂ ਅਸੀਂ ਚੰਗੀ ਅਰਨਿੰਗ ਕਰੀਏ, ਉਹਨਾਂ ਵਾਸਤੇ ਆਜ਼ਰਬਾਈਜਾਨ ਦੀ ਬੈਸਟ ਆ। ਇਗਜ਼ੈਂਪਲ ਦਿੰਦਾ, ਜਿੱਦਾਂ ਫਾਰਮਾਸੂਟੀਕਲ ਆ, ਟੂਲਸ ਆ, ਇਕੁਇਪਮੈਂਟ ਆ, ਇਹ ਪਾਕਿਸਤਾਨ ਦੇ ਵਿੱਚ ਜਿਹੜੇ ਆ ਇਹਨਾਂ ਦੀ ਮੈਨੂਫੈਕਚਰਿੰਗ ਆ, ਅਤੇ ਅਗਰ ਕੋਈ ਬੰਦਾ ਇਹ ਜਾਣਾ ਚਾਹੁੰਦਾ ਉੱਥੇ ਬਿਜ਼ਨਸ ਦੇ ਪਰਪਸ ਵਾਸਤੇ, ਜ਼ਰੂਰ ਜਾਵੇ, ਟਰਾਈ ਕਰੇ ਉੱਥੇ, ਕੰਪਨੀ ਰਜਿਸਟਰਡ ਕਰੇ ਪਹਿਲਾਂ। ਕੰਪਨੀ ਰਜਿਸਟਰ ਕਰਨ ਦੇ ਉੱਤੇ ਅਰਾਊਂਡ $250 ਲੱਗ ਸਕਦੇ ਆ, ਇਸ ਤੋਂ ਵੀ ਜ਼ਿਆਦਾ ਤਕਰੀਬਨ $300 ਤੱਕ ਵੀ ਲੱਗ ਸਕਦਾ ਵਾ। $250 to $300 ਤੁਸੀਂ ਜ਼ਿਹਨ 'ਚ ਰੱਖੋ ਅਤੇ ਤੁਸੀਂ ਟ੍ਰੇਡ ਸ਼ੁਰੂ ਕਰ ਸਕਦੇ ਆ। ਟ੍ਰੇਡ ਸ਼ੁਰੂ ਕਰਨ ਵਾਸਤੇ ਆਪਣੀ TRC ਲੈਣ ਵਾਸਤੇ ਤੁਹਾਨੂੰ ਪ੍ਰੈਮਿਸਿਸ ਲੈਣਾ ਪੈਣਾ ਆਪਣਾ ਆਫਿਸ, ਅਤੇ ਉਹ ਮਤਲਬ 1 ਸਾਲ ਦਾ ਤੁਸੀਂ ਐਗਰੀਮੈਂਟ ਕਰ ਲਓ, ਟੈਨੈਂਸੀ ਐਗਰੀਮੈਂਟ ਜਾਂ ਆਫਿਸ ਐਗਰੀਮੈਂਟ, ਪਰੂਫ ਆਫ ਐਡਰੈਸ ਚਾਹੀਦਾ ਵਾ। ਇਹ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਕੋਈ ਵੀ ਸੋਲੀਸੀਟਰ ਮੇਰੇ ਨਾਲੋਂ ਬਿਹਤਰ ਦੱਸ ਦੇਗਾ। ਅੱਛਾ, ਹੁਣ ਜਿੱਦਾਂ ਇੰਡੀਅਨ ਲੋਕ ਆ, ਕੋਈ ਉਹ ਕਰਨਾ ਚਾਹੁੰਦੇ ਬਿਜ਼ਨਸ, ਉਹ ਤੁਸੀਂ ਸ਼ੂਗਰ ਉੱਥੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦੀ ਆ ਇੰਡੀਆ ਦੇ ਵਿੱਚ, ਤੁਸੀਂ ਸ਼ੂਗਰ ਐਕਸਪੋਰਟ ਕਰ ਸਕਦੇ ਆ, ਟ੍ਰੇਡਿੰਗ ਕਰ ਸਕਦੇ ਆ, ਦੀ ਬੈਸਟ ਹੈਗਾ। ਅਤੇ ਇਹ ਤਾਂ ਹੋਗੀਆਂ ਜੀ ਕੁਛ ਚੀਜ਼ਾਂ ਬਿਜ਼ਨਸ ਦੇ ਮੁਤਾਲਕ ਜਿਹੜੇ ਬੰਦੇ ਬਿਜ਼ਨਸ ਕਰਨਾ ਚਾਹੁੰਦੇ ਆ। ਅੱਛਾ, ਉਸ ਤੋਂ ਬਾਅਦ ਮੈਂ ਤੁਹਾਨੂੰ ਨਾ ਇਹਦੀ PR ਦੇ ਮੁਤਾਲਕ ਜਾਂ ਪਾਸਪੋਰਟ ਦੇ ਮੁਤਾਲਕ ਦੱਸਦਾ। ਅੱਛਾ, ਦੂਸਰੀ ਕੈਟਾਗਰੀ ਆਉਂਦੀ ਆ ਜਿਹੜੇ ਲੋਅਰ ਮਿਡਲ ਕਲਾਸ ਪੀਪਲ ਆ, ਅਤੇ ਉਹ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਯੂਰਪ ਚਲ ਜਾਈਏ, ਡੰਕੀ ਲਾ ਕੇ ਨਾ ਜਾਓ, ਡਾਇਰੈਕਟ ਜਾ ਹੁੰਦਾ ਦੀ ਬੈਸਟ ਆ। ਡੰਕੀ ਲਾਉਣ ਨਾਲੋਂ ਬਿਹਤਰ ਆ ਕਿ ਤੁਸੀਂ ਆਜ਼ਰਬਾਈਜਾਨ ਆਓ, ਇੰਟਰਨੈਸ਼ਨਲ ਲਾਇਸੈਂਸ ਜਿਹੜਾ ਵਾ ਉਹ ਵੈਲਿਡ ਆ ਉੱਥੇ 1 ਸਾਲ ਤੱਕ, ਤੁਸੀਂ ਗੱਡੀ ਡਰਾਈਵ ਕਰ ਸਕਦੇ ਹੋ ਉੱਥੇ। ਜਿਹੜੇ
ਪੜ੍ਹੇ ਲਿਖੇ ਨੇਗੇ ਜਾਂ ਘੱਟ ਪੜ੍ਹੇ ਲਿਖੇ ਆ ਅਤੇ ਜਿਹੜੇ ਬਿਜ਼ਨਸ ਨਹੀਂ ਕਰ ਸਕਦੇ ਅਤੇ ਯੂਰਪ ਤਾਂ ਖੁਆਇਸ਼ਮੰਦ ਆ। ਯੂਰਪ ਬੰਦਾ ਇਸੇ ਕਰਕੇ ਜਾਂਦਾ ਕਿ ਪੈਸੇ ਥੋੜ੍ਹੇ ਬਣ ਜਾਣ ਅਤੇ ਉਹ ਕੀ ਕਰਨ ਆਪਣਾ ਇੰਟਰਨੈਸ਼ਨਲ ਡਰਾਈਵਰ ਲਾਇਸੈਂਸ ਲੈ ਕੇ ਉੱਥੇ ਚਲ ਜਾਣ। ਇੱਕ ਅੱਛਾ ਉਹਦੀਆਂ ਜਿਹੜੇ ਇੰਟਰਨੈਸ਼ਨਲ ਲਾਇਸੈਂਸ ਦਾ ਮੈਂ ਤੁਹਾਨੂੰ ਦੱਸਦਾ ਇਹਦਾ ਫਾਇਦਾ ਕੀ ਤੁਹਾਨੂੰ ਹੋਵੇਗਾ। ਉੱਥੇ ਦੋ ਤਰ੍ਹਾਂ ਤੁਸੀਂ ਜਿਹੜੀ ਹੈ TRC ਲੈ ਸਕਦੇ ਹਾਂ, ਇੱਕ ਟੂਰਿਸਟ ਵੀਜ਼ੇ 'ਤੇ, ਇੱਕ ਹੁੰਦਾ ਵਾ ਕਿ ਤੁਸੀਂ ਤੁਹਾਨੂੰ ਕੋਈ ਬੰਦਾ ਵਰਕ ਪਰਮਿਟ ਦੇ ਦੇਵੇ, ਇੱਕ ਤਾਂ ਉਹ ਸੂਰਤ ਲੱਭ ਸਕਦੀ ਹੈ। ਦੂਸਰੀ ਸੂਰਤ ਇਹ ਹੁੰਦੀ ਹੈ ਕਿ ਤੁਸੀਂ ਬਿਜ਼ਨਸ ਰਜਿਸਟਰ ਕਰਵਾਓ, ਸਿਰਫ ਕੰਪਨੀ ਰਜਿਸਟਰ ਕਰਵਾਓ ਅਤੇ ਉੱਥੇ ਤੁਸੀਂ ਛੋਟੀ ਮੋਟੀ ਜੋਬ ਜਿਹੜੀ ਤੁਹਾਨੂੰ ਈਜ਼ੀਲੀ ਲੱਭ ਜਾਏਗੀ। ਇੱਕ ਤਾਂ ਇਹ ਹੁੰਦਾ ਕਿ ਤੁਹਾਨੂੰ ਕੋਈ ਪਰਮਿਟ ਦੇ ਦੇਵੇ, ਦੂਸਰਾ ਇਹ ਸੀਗਾ ਕਿ ਤੁਸੀਂ ਆਪਣੀ ਕੰਪਨੀ ਰਜਿਸਟਰ ਕਰਵਾ ਕੇ ਨਾ ਕੋਸ਼ਿਸ਼ ਕਰੋ ਕਿ ਤੁਸੀਂ ਟੈਕਸੀ ਪਾਸ ਕਰੋ ਅਤੇ ਲੈਂਗੁਏਜ ਸਿੱਖੋ। ਲੈਂਗੁਏਜ ਤੋਂ ਬਗੈਰ ਤੁਸੀਂ ਬੇਕਾਰ ਹੋ ਉੱਥੇ। ਟੈਕਸੀ ਪਾਸ ਕਰ ਲਓਗੇ ਉੱਥੇ ਅਤੇ ਉਹਦੇ ਵਿੱਚ ਅੱਛੇ ਖਾਸੇ ਪੈਸੇ ਬਣਦੇ ਆ ਕੈਪੀਟਲ ਦੇ ਵਿੱਚ। ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਆਰਸ ਕੰਮ ਕਰਦੇ ਆ, 16 ਆਵਰ, 12 ਆਵਰ, 14 ਆਵਰ, ਲੇਕਿਨ ਮੋਸਟਲੀ ਪਾਕਿਸਤਾਨੀ ਉੱਥੇ ਜਿਹੜੇ ਆ ਉਹ 12 ਆਵਰ ਤੋਂ ਜ਼ਿਆਦਾ ਕੰਮ ਕਰਦੇ ਆ, ਅਰਾਊਂਡ 14 to 16 hours, ਅਤੇ ਉਹ ਅੱਛੇ ਖਾਸੇ ਜਿਹੜੇ ਆ ਪੈਸੇ ਬਣਾ ਲੈਂਦੇ ਆ। 1500-1800 ਜਿਹੜੀ ਆ ਉੱਥੇ ਦੀ ਕਰੰਸੀ ਮਨਤ ਜਿਹੜੇ ਆ ਉਹ ਬਣਾ ਲੈਂਦੇ ਆ। ਅੱਛਾ, ਤੁਸੀਂ 1 ਸਾਲ ਦੇ ਵਿੱਚ ਇੱਕ ਤਾਂ ਟੈਕਸੀ ਦਾ ਲਾਇਸੈਂਸ ਲੈਣਾ ਵਾ, ਦੂਸਰਾ ਕਿ ਲੈਂਗੁਏਜ ਸਿੱਖਣੀ ਆ। ਦੋ ਵਰਡ ਵੀ ਸਿੱਖੋਗੇ ਤਾਂ 1 ਸਾਲ ਦੇ ਵਿੱਚ ਤੁਸੀਂ ਅੱਛੀ ਖਾਸੀ ਲੈਂਗੁਏਜ ਸਿੱਖ ਸਕਦੇ ਹਾਂ। ਅੱਛਾ, ਅਜ਼ਰਬਾਈਜਾਨ ਹੀ ਮੈਂ ਕਿਉਂ ਰਿਕਮੈਂਡ ਕੀਤਾ? ਬਿਜ਼ਨਸਮੈਨ ਵਾਸਤੇ ਤਾਂ ਚਲੋ ਠੀਕ ਆ, ਅੱਛੇ ਖਾਸੇ ਪੈਸੇ ਬਣਾ ਸਕਦਾ। ਕਦੀ ਵੀ ਪੈਸੇ ਬਣਾਉਣ ਵਾਸਤੇ ਵੱਡੀਆਂ ਕੰਟਰੀਆਂ ਨੇ ਦੇਖਦੀਆਂ, ਉੱਥੇ ਟੈਕਸਿਸ ਬਹੁਤ ਜ਼ਿਆਦਾ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿੱਥੋਂ ਦੀ ਪੈਸਾ ਨਿਕਾਲ ਸਕਦੇ ਜ਼ਿਆਦਾ। ਜਿਹੜੇ ਬੰਦੇ ਬਿਜ਼ਨਸਮੈਨ ਆ ਨਾ ਉਹ ਜਾਣਦੇ ਆ ਕਿ ਯੂਰਪ ਦੇ ਵਿੱਚੋਂ ਪੈਸਾ ਕਰਨਾ, ਜਿਹੜੇ ਤਰੱਕੀ ਯਾਫਤਾ ਕੰਟਰੀ ਆ, ਥੋੜ੍ਹਾ ਹਾਰਡ ਹੁੰਦਾ, ਤਰੱਕੀ ਪਜ਼ੀਰ ਕੰਟਰੀ ਜਿਹੜੇ ਹੁੰਦੇ ਆ ਨਾ ਇਹ ਤੁਹਾਨੂੰ ਜ਼ਿਆਦਾ ਬੈਨੀਫਿਟ ਤੁਹਾਨੂੰ ਜ਼ਿਆਦਾ ਦਿੰਦੇ ਬਿਜ਼ਨਸਮੈਨ ਨੂੰ। ਜ਼ੁਬਾਨ ਸਿੱਖ ਲਿਆ, 1 ਸਾਲ ਸਰਵਾਈਵ ਕਰ ਲਿਆ, ਰੈਜੀਡੈਂਸ ਜ਼ਰਾ ਟੈਂਪਰੇਰੀ ਰੈਜੀਡੈਂਸੀ ਵੀ ਤੁਹਾਡੇ ਕੋਲ ਆ ਗਈ, ਟੈਕਸੀ ਵੀ ਪਾਸ ਕਰ ਲਿਆ। ਅੱਛਾ, ਦੋਵਾਂ ਨੂੰ ਫਾਇਦਾ ਇੱਕੋ ਜਿਹਾ ਹੋਊਗਾ ਐਂਡ ਆਫ ਦਾ ਈਅਰ ਪਾਸਪੋਰਟ ਦੇ ਮੁਤਾਬਕ। ਤੁਸੀਂ 2 ਸਾਲ ਬਾਅਦ ਐਲੀਜੀਬਲ ਹੋ ਟੈਂਪਰੇਰੀ ਰੈਜੀਡੈਂਸੀ ਤੋਂ ਬਾਅਦ ਕਿ ਤੁਸੀਂ ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰ ਸਕਦੇ ਹਾਂ। ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰਨ ਲਈ ਤੁਹਾਨੂੰ 2 ਸਾਲ ਸ਼ੋ ਕਰਨਾ ਪੈਣਾ ਕਿ ਤੁਸੀਂ ਇੱਥੇ ਆਪਣਾ ਸਰਵਾਈਵ ਕਰ ਰਹੇ ਹਾਂ ਅਤੇ ਪ੍ਰੋਪਰ ਤੁਸੀਂ ਕੰਟੀਨਿਊਸਲੀ ਇਸ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਤੁਹਾਡੀ ਕੋਈ ਨਾ ਕੋਈ ਐਕਟੀਵਿਟੀ ਹੈ ਇੱਥੇ। ਜਦੋਂ ਪਰਮਾਨੈਂਟ ਰੈਜੀਡੈਂਸੀ ਲੱਭ ਗਈ ਉਸ ਤੋਂ 5 ਸਾਲ ਬਾਅਦ, ਬਿਲੀਵ ਕਰੋ ਕਿ 5 ਸਾਲ ਇਸ ਤਰ੍ਹਾਂ ਗੁਜ਼ਰ ਜਾਂਦੇ, ਬਹੁਤ ਤੇਜ਼ੀ ਨਾਲ ਗੁਜ਼ਰ ਜਾਂਦੇ ਆ। ਟੰਕੀਆਂ ਲਾ ਕੇ ਉੱਥੇ ਜਾਣਾ, 20-20 ਸਾਲ ਬੈਠੇ ਰਹਿਣਾ, ਜੋਬ ਹੈ ਨਹੀਂ ਗੀ, ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ। 5 ਸਾਲ ਤੋਂ ਬਾਅਦ ਤੁਸੀਂ ਐਲੀਜੀਬਲ ਹੋ ਆਪਣਾ ਪਾਸਪੋਰਟ ਅਪਲਾਈ ਕਰਨ ਦਾ, ਅਜ਼ਰਬਾਈਜਾਨੀਅਨ ਜਾਂ ਅਜ਼ਰਬਾਈਜਾਨ ਦਾ ਪਾਸਪੋਰਟ ਆ, ਤੁਸੀਂ ਅਪਲਾਈ ਐਲੀਜੀਬਲ ਹੋ ਜਾਂਦੇ ਤੁਸੀਂ। ਅੱਛਾ, ਹੁਣ ਦੇ ਪਾਸਪੋਰਟ ਦੇ ਉੱਤੇ ਅਰਾਊਂਡ 36 ਕੰਟਰੀਜ਼ ਆ ਜਿਹੜੀਆਂ ਇਹਨਾਂ ਦੀ ਐਂਟਰੀ ਆ ਦੇ ਪਾਸਪੋਰਟ 'ਤੇ, ਮੇ ਜਿਹੜੀਆਂ ਮੈਂ ਦੇਖੀਆਂ ਜਿਹੜੀਆਂ ਟੋਪ ਆਫ ਦਾ 4-5 ਕੰਟਰੀਜ਼ ਆ ਉਹ ਯੂਰਪੀਅਨ ਕੰਟਰੀ ਆ, ਮੌਂਟੀਨੇਗਰੋ ਆ ਗਿਆ, ਸਰਬੀਆ ਆ ਗਿਆ, ਮਲਡੋਵਾ ਆ ਗਿਆ, ਅਲਬੈਨੀਆ ਆ ਗਿਆ, ਬੋਸਨੀਆ ਆ ਗਿਆ ਅਤੇ ਰਸ਼ੀਆ, ਬੈਲਾਰੂਸ ਵੀ ਆ। ਖੈਰ ਕੰਟਰੀਆਂ 36 ਆ, ਲੇਕਿਨ ਮੈਨੂੰ ਆ ਜਿਹੜੀਆਂ 5-6 ਕੰਟਰੀਆਂ ਜਿਹੜੀਆਂ ਬੜੀਆਂ ਪਾਵਰਫੁੱਲ ਆ ਯੂਰਪ ਦੇ ਵਿੱਚ ਆ, ਗੇਟਵੇ ਵੀ ਆ, ਅਤੇ ਇਹ ਈਜ਼ੀ ਨਾਲ ਤੁਹਾਨੂੰ ਈਜ਼ੀਲੀ ਇਹ ਤੁਹਾਨੂੰ ਜਿਹੜਾ ਵਾ ਤੁਸੀਂ ਜਾ ਕੇ ਆਪਣੀ ਕੰਪਨੀ ਉੱਥੇ ਵੀ ਰਜਿਸਟਰ ਕਰਵਾ ਸਕਦੇ ਹਾਂ। ਜੇ ਤੁਸੀਂ ਇੱਥੇ ਸੈੱਟ ਹੋ ਅਤੇ ਇੱਥੇ ਰਹੋ, ਤੁਹਾਨੂੰ ਇੱਕ ਤਾਂ ਜਿਹੜੇ ਡੰਕੀ ਲਾਉਣ ਵਾਲੇ ਆ ਉਹਨਾਂ ਨੂੰ ਥੋੜ੍ਹਾ ਇਹ ਵੀ ਪਤਾ ਲੱਗ ਜਾਏਗਾ ਕਿ ਬਾਹਰ ਜਾ ਕੇ ਕੀ ਮੁਸ਼ਕਲਾਂ ਹੁੰਦੀਆਂ। ਜੇ ਤੁਸੀਂ ਸੁਣਿਆ ਹੋਣਾ ਪਿੱਛੇ ਜੇ ਕਿ ਉਹ ਬੰਦੇ ਡੁੱਬ ਕੇ ਮਰ ਗਿਆ ਕੋਈ, ਮੈਂ ਤੁਹਾਨੂੰ ਨਾ ਉਹਦੀ ਰਿਕਾਰਡਿੰਗ ਭੇਜੂੰਗਾ, ਫਿਰ ਤੁਸੀਂ ਉਹ ਵੀ ਪਲੀਜ਼ ਸੁਣਨੀ। ਅਗਰ ਮੇਰੀ ਵੀਡੀਓ ਇੱਥੇ ਤੱਕ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਛਾ, ਇਹ ਡੰਕੀ ਨਾਲੋਂ ਬਹੁਤ ਬਿਹਤਰ ਆ।
ਬਲੀਵ ਕਰੋ ਕਿ ਅਗਰ ਬਾਈ ਜਾਨ ਤੁਹਾਨੂੰ ਇੱਕ ਤਾਂ ਪਤਾ ਲੱਗ ਜਾਂਦਾ ਕਿ ਯੂਰਪ ਜਾ ਕੇ ਤੁਹਾਡਾ ਹੋਣਾ ਕੀ ਹੈ, ਦੂਸਰਾ ਇਹ ਕੰਟਰੀ ਬਹੁਤ ਈਜ਼ੀ ਹੈ, ਮੁਸਲਿਮ ਕੰਟਰੀ ਆ, ਲੋਕ ਬੜੇ ਮਿਲਣਸਾਰ ਆ, ਉਸ ਤੋਂ ਇਲਾਵਾ ਜਿਹੜੇ ਬੰਦੇ ਵਿਜ਼ਿਟ ਕਰਨਾ ਚਾਹੁੰਦੇ ਆ ਵਿਜ਼ਿਟ ਕਰਨ, ਮਾਲਾ ਮਾਲ ਆ, ਨੈਚੁਰਲ ਜਿਹੜੀ ਸਾਈਟਸ ਆ ਉੱਥੇ ਦੀਆਂ, ਬਿਊਟੀ ਵਾਕੂ ਬਹੁਤ ਖੂਬਸੂਰਤ ਸ਼ਹਿਰ ਆ, ਦੇਖਣ ਦੇ ਕਾਬਲ ਆ। ਅਤੇ ਮੈਂ ਤੁਹਾਨੂੰ ਤਿੰਨੇ ਤਰ੍ਹਾਂ ਦੱਸਤਾ ਕਿ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਆ, ਵੈਲ ਐਂਡ ਗੁੱਡ, ਅਗਰ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਆ ਇਸ ਅਪ ਟੂ ਯੂ, ਐਂਡ ਦੈਨ ਜਿਹੜੇ ਡੰਕੀ ਲਾ ਕੇ ਜਾਣਾ ਚਾਹੁੰਦੇ ਯੂਰਪ ਉਹ ਨਾ ਪਲੀਜ਼ ਜਾਣ। ਇੱਕ ਦਫਾ ਆਦਰ ਬਾਈ ਜਾਨ ਨੂੰ ਆਪਣੇ ਪੈਸੇ ਬਚਾਓ, 20-25 ਲੱਖ ਤੁਸੀਂ ਦਿੰਦੇ ਆ ਉਹਨਾਂ ਨੂੰ ਜਿਹੜੇ ਉੱਥੋਂ ਨੂੰ ਆ ਏਜੰਟ ਵਗੈਰਾ, ਇਹਦੇ ਨੂੰ ਬਿਹਤਰ ਨਹੀਂ ਗਾ ਕਿ ਤੁਸੀਂ 4-5 ਲੱਖ 6 ਲੱਖ ਲੱਗ ਜਾਏਗਾ, ਤੁਸੀਂ ਜਾ ਕੇ ਆਪਣੇ ਪੈਸੇ ਵੀ ਪੂਰੇ ਕਰ ਸਕਦੇ ਆ, ਇਹਦੇ ਵਿੱਚ ਚਾਂਸਿਸ ਵੀ ਆ ਅੱਗੇ ਵਧਣ ਦੇ। ਓਬਵੀਅਸਲੀ ਕਨਫਰਮ ਜੇ ਤੁਹਾਨੂੰ ਗੱਲ ਬੰਦਾ ਮੁਸੰਮਾ ਬਰਾਦਾ ਕਰ ਲਵੇ ਵੀ ਕੰਮ ਹੋ ਸਕਦਾ ਵਾ, ਇਹ ਕੋਈ ਐਡਾ ਮੁਸ਼ਕਿਲ ਨਹੀਂ ਆ। ਅੱਛਾ ਦੋਸਤੋ, ਵੀਡੀਓ ਨੂੰ ਪਲੀਜ਼ ਲਾਈਕ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਨਟਿਲ ਕਿ ਨੈਕਸਟ ਵੀਡੀਓ, ਤੇ ਕਰ ਮੈਨੂੰ ਇਜਾਜ਼ਤ ਦਿਓ, ਗੁੱਡ ਲੱਕ। ਅਸਲਾਮੁ ਅਲੈਕੁਮ ਭਾਈ ਜਾਨ, ਕੀ ਹਾਲ ਹੈ, ਸੁਣਾਓ, ਸਿਹਤ ਵੀ ਠੀਕ ਹੈ ਜੀ? ਜੀ, ਗੱਲ ਹੋ ਰਹੀ ਸੀ ਕਿ ਦੋਸਤ ਹੈ ਮੇਰਾ, ਮੇਰੇ ਇਲਾਕੇ ਦਾ, ਮੰਡੀ ਬਾਬਲ ਦੀ ਗਲੀ ਦਾ ਹੈ, ਡੰਕੀ ਸੀ ਲੱਗ ਰਹੀ ਜੀ ਲਿਬੀਆ ਤੋਂ ਇਟਲੀ ਦੀ, ਜਿਹਦੇ ਵਿੱਚ ਉਹ ਵੀ ਹੈ ਜਿਹੜੀ ਸ਼ਿਪ 'ਚ ਲੱਗਦੀ ਹੈ, ਅਤੇ ਲਿਬੀਆ ਤੋਂ ਨਿਕਲੇ ਨਾ, ਅਤੇ 2 ਦਿਨ ਬਾਅਦ ਜੀ ਖਬਰ ਆਈ ਹੈ ਕਿ ਛੋਰੇ ਜਿਹੜਾ ਮੁੰਡਾ ਹੈ ਉਹ ਫੋਤ ਹੋ ਗਿਆ, ਡੁੱਬ ਗਿਆ ਸਮੁੰਦਰ ਵਿੱਚ ਨਾ। ਕੁਝ ਲੜਕੇ ਕਹਿ ਰਹੇ ਨੇ ਕਿ ਏਜੰਟ ਉਹਨੂੰ ਧੱਕਾ ਦਿੱਤਾ, ਬਿਮਾਰ ਸੀ ਹੋ ਗਿਆ, ਜਾਂ ਉਹਦੀ ਏਜੰਟ ਨਾਲ ਮੂੰਹ ਮਾਰੀ ਹੋਈ ਹੈ, ਅਤੇ ਕੁਝ ਕਹਿ ਰਹੇ ਨੇ ਕਿ ਉਹ ਆਪ ਡਿੱਗਿਆ।